हाँ जी, सत श्री अकाल दोस्तों, मैं तुहाडा अपना सुख पाठ लाहौरिया ते तुसी लाहौरी रिकॉर्ड चैनल नाल जुड़े हुए दोस्तों। अज तो एक महीना सवा महीना पहला अपने लाहौरी रिकॉर्ड चैनल ते एक वीडियो पोस्ट की गई सी, वीडियो पाई गई सी। इस वीर नूं तुसी पछाण लिया होना, नाम इन्हां दा बगड़ सिंह है, पिंड चक सहेले वाला, जिला फाजिलका ते तहसील जलालाबाद। तां दोस्तों मतलब पिछली वीडियो विच वैसे तो सारी घटना दसी हुई है, पर मैं तुहानूं एक बार फिर मोटा मोटा दुबारा दोहरा दिंदा कि अज तो 2.5 साल पहला वीर का एक्सीडेंट हो गया सी बाइक ते, तां जिहदे नाल कि इन्हां दे पिछले बैक से रीढ़ दे हड्डी दे मणके सीगे उह बैठ गए सीगे, ते लत्तां तो वीर अपाहिज हो गया सी, अते जिहदे करके ना तां कितें चल फिर सकदे सी ना उठ के बैठ सकदे सी। मतलब कि जिहड़ा इन्हां दा सारा सांभ संभाल, रोटी पानी मल मूत्र चकना, वह इन्हां दे बिरध माता पिता जी जिहड़े हुण हैगे सीगे उह मतलब कि इन्हां दी सारी सांभ संभाल करदे सी। अते जेकर आर्थिक हालत की गल करिए तां बहुत ही ज़्यादा माड़ी है, ते इह अपना दिहाड़ी दप्पा मजदूरी करके आपदे घर दा गुजारा चलाउंदे सी। आपां वीरे बगड़ सिंह दी वीडियो बना के पाई, लोगों अगे बेनती की कि इदा करके वीरे दे आ हालात ने, आपां नूं वध तों वध इन्हां दी आर्थिक मदद आपां जिहड़ी करनी है। दोस्तों इन्हां दे अकाउंट दे विच दानी सज्जन वीर ने पैसे भी पाए ने इन्हां दे इलाज वास्ते, उहदा भी अगे जिक्र तुहाडे नाल सांझा करांगे। तां दोस्तों सब तों पहलां आपां बाई नाल थोड़ी गल्लबात करदे आं ते उहनां तों सुणदे आं कि सारी कंडीशन की है, अते जां फिर पैसे आए ने ते किन्ने आए ने, अते किन्ने भेजे ने, अते उह दोस्तों की कुछ कहना चाहुंदे ने। बाई जी, सब तों पहलां ते तुसीं दस्सो कि तुहाडा एक्सीडेंट किवें होया सी? एक्सीडेंट जी, मोटरसाइकिल तों डिग्गा सीगा जी ਆਪਦੇ ਆਪ ਹੀ। ਅੱਛਾ ਜੀ। ਉਹ ਪੁੱਠ ਪੈਰ ਡੈਗ ਪਏ, ਮਣ ਕੇ ਬਹਿ ਗਏ ਸੀ, ਦੋ ਪਾੜ ਗਏ ਸੀਗੇ ਰੀੜ ਵਾਲੀ ਹੱਡੀ ਦੀ। ਅੱਛਾ ਜੀ। ਹਾਂਜੀ, ਨਾੜੀ ਦੱਬ ਗਈ ਸੀ। ਅੱਛਾ ਜੀ। ਉਸ ਕਰਕੇ ਆਪਰੇਸ਼ਨ ਹੋਇਆ ਹੈ, ਤਿਆਰ ਹੋ ਕੇ। ਅਤੇ ਤੁਹਾਡੀ ਵੀਰ ਜੀ, ਆਪਾਂ ਵੀਡੀਓ ਬਣਾ ਕੇ ਪਾਈ ਸੀ ਅਤੇ ਕਾਫੀ ਦਰਸ਼ਕਾਂ ਨੇ ਅੱਗੇ ਸ਼ੇਅਰ ਵੀ ਕੀਤਾ। ਅਕਾਊਂਟ ਦੇ ਵਿੱਚ ਪੈਸੇ ਆਏ ਨੇ, ਜਿੱਦਾਂ ਕਿ ਤੁਸੀਂ ਦੱਸਿਆ ਕਿ ਦਾਨੀ ਸੱਜਣ ਵੀਰ ਨੇ ਪੈਸੇ ਭੇਜਣੇ, ਉਹਦਾ ਨਾਮ ਕੀ ਹੈ ਜੀ? ਨਾਮ ਬੋਬੀ ਸਿੰਘ ਜੀ। ਨੇ ਪੰਜਾਬ ਦੇ ਜਾਂ ਫਿਰ ਕਿਸੇ ਹੋਰ ਦੇਸ਼ ਦੇ? ਪੰਜਾਬ ਦੇ, ਚੰਡੀਗੜ੍ਹ ਦੇ ਜੀ, ਅਮਰੀਕਾ 'ਚ ਰਹਿੰਦੇ ਆ। ਅੱਛਾ, ਇਸ ਟਾਈਮ ਅਮਰੀਕਾ 'ਚ ਰਹਿ ਰਹੇ ਆ। ਤਾਂ ਬੋਬੀ ਵੀਰੇ ਚੰਡੀਗੜ੍ਹ ਦਾ ਵੀਰ ਹੈ, ਹਾਂ ਵੀ ਅਮਰੀਕਾ ਰਹਿੰਦਾ ਜਿਹੜਾ ਵੀਰ, ਤੁਹਾਡਾ ਵੀਰੇ ਬਹੁਤ ਬਹੁਤ ਸੱਚੇ ਦਿਲੋਂ ਧੰਨਵਾਦ ਇਹਨਾਂ ਵੱਲੋਂ ਵੀ ਅਤੇ ਸਾਡੇ ਵੱਲੋਂ ਵੀ, ਤਾਂ ਕਿ ਤੁਸੀਂ ਇਹਨਾਂ ਵਿਚਾਰਿਆਂ ਦੀ ਹੈਲਪ ਕੀਤੀ, ਮਦਦ ਕੀਤੀ, ਕਿਉਂਕਿ ਆਪਾਂ ਜੇ ਕਿਸੇ ਗਰੀਬ ਦੀ ਹੈਲਪ ਕਰਦੇ ਹਾਂ ਤਾਂ ਜਿੰਨੀ ਆਪਾਂ ਕਰਦੇ ਰੱਬ ਆਪਾਂ ਨੂੰ ਉਸ ਤੋਂ ਵੀ ਦੁੱਗਣਾ ਦਿੰਦਾ। ਬੋਬੀ ਵੀਰੇ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਨ੍ਹਾਂ ਨੇ ਤੁਹਾਡੇ ਅਕਾਊਂਟ ਦੇ ਵਿੱਚ ਤੁਹਾਡੇ ਇਲਾਜ ਵਾਸਤੇ ਪੈਸੇ ਪਾਏ ਜੀ? ਮੈਂ ਉਹਨਾਂ ਨੂੰ ਕਹਿਣਾ ਸੋਹਣਾ ਜੀ, ਧੰਨਵਾਦ ਉਹਨਾਂ ਦਾ, ਦਿਨ ਦੁੱਗਣੀ ਰਾਤ ਚੌਗਣੀ, ਉਹਨੇ ਬੱਚਿਆਂ ਨੂੰ ਤਰੱਕੀ ਬਖਸ਼ੀ, ਮਹਾਰਾਜ ਉਹਨਾਂ ਨੂੰ ਤਰੱਕੀ ਬਖਸ਼ੀ। ਲੱਖ ਲੱਖ ਸ਼ੁਕਰ ਕਰਨਾ ਚਾਹੁੰਦਾ ਜੀ ਉਹਦਾ, ਲੱਖ ਲੱਖ ਸ਼ੁਕਰਾਨਾ ਅਤੇ ਧੰਨਵਾਦ ਕਰਨਾ ਚਾਹੁੰਦਾ ਜੀ ਉਸ। ਕਿੰਨੇ ਪੈਸੇ ਆਏ ਤੁਹਾਡੇ ਅਕਾਊਂਟ ਦੇ ਵਿੱਚ ਬੋਬੀ ਵੀਰ ਨੇ, ਕਿੰਨੇ ਪਾਏ? 1,08,000 ਰੁਪਏ ਪਾਏ। ਅੱਛਾ, 1,08,000 ਰੁਪਇਆ ਬੋਬੀ ਵੀਰੇ ਤੁਸੀਂ ਭੇਜਿਆ, ਥੈਂਕਸ ਅਗੇਨ। ਅਤੇ ਅੱਗੇ ਹੁਣ ਕੀ ਆਪਣੇ ਇਲਾਜ ਜਿਹੜਾ ਤੁਹਾਡਾ ਹੋਣਾ, ਇਹਦਾ ਅੱਗੇ ਕੀ ਪ੍ਰੋਸੈਸ ਹੈ? ਕੋਈ ਆਪਰੇਸ਼ਨ ਵਗੈਰਾ ਜਾਂ ਫਿਰ ਕਿਤੇ ਗੱਲ ਕੀਤੀ ਕੋਈ ਡਾਕਟਰ ਨਾਲ? ਨਹੀਂ ਜੀ, ਅਜੇ ਗੱਲ ਕੀਤੀ ਨਹੀਂ, ਜਾਣਾ ਪਰਸੋਂ ਉੱਥੇ ਜੀ। ਅੱਛਾ ਜੀ। ਅਜੇ ਕੋਈ ਜਾਣ ਵਾਲਾ ਹੈ ਨਹੀਂ, ਪ੍ਰਾਹੁਣੇ ਵਿਹਲੇ ਹੈ ਨਹੀਂ ਜੀ। ਅਤੇ ਕਿੱਥੋਂ ਕਰਾਉਣਾ ਇਲਾਜ, ਟ੍ਰੀਟਮੈਂਟ ਕਿੱਥੋਂ ਕਰਾਉਣਾ ਤੁਸੀਂ? ਟ੍ਰੀਟਮੈਂਟ ਬਠਿੰਡੇ ਕਰਾਉਣਾ ਜੀ। ਦੋਸਤੋ, ਮੇਰੇ ਨਾਲ ਵੀਰ ਬਗੜ ਸਿੰਘ ਦੇ ਮਾਤਾ ਪਿਤਾ ਜੀ ਬੈਠੇ ਹੋਏ ਨੇ ਅਤੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ, ਉਹਨਾਂ ਦੇ ਵੀ ਵਿਚਾਰ ਸੁਣਦੇ ਹਾਂ। ਬਾਪੂ ਜੀ, ਵੀਰੇ ਦੀ ਵੀਡੀਓ ਬਣਾ ਕੇ ਪਾਈ ਸੀ ਆਪਾਂ ਇੱਕ ਮਹੀਨਾ ਪਹਿਲਾਂ, ਅਤੇ ਹੈ ਨਾ ਇੱਕ ਦਾਨੀ ਸੱਜਣ ਵੀਰ ਨੇ ਵੀਰ ਦੇ ਖਾਤੇ ਦੇ ਵਿੱਚ ਪੈਸੇ ਵੀ ਪਾਏ ਨੇ ਅਤੇ ਰੈੱਡ ਕਰਾਸ ਹੈ ਜਿਹੜੀ ਸੁਸਾਇਟੀ ਫਾਜ਼ਿਲਕਾ ਉਹਨਾਂ ਵੱਲੋਂ ਵੀਲਚੇਅਰ ਵੀ ਬਾਈ ਨੂੰ ਭੇਂਟ ਕੀਤੀ ਗਈ ਹੈ। ਤਾਂ ਤੁਸੀਂ ਜਿਨ੍ਹਾਂ ਨੇ ਵੀ ਮਦਦ ਕੀਤੀ ਹੈ ਤੁਹਾਡੇ ਬੇਟੇ ਦੀ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸੀਂ ਤਾਂ ਜੀ ਬਹੁਤ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਵੀ ਸ਼ਾਬਾਸ਼ੀ ਉਹਨਾਂ ਦੇ ਬੱਚੇ ਜਿਉਂਦੇ ਰਹਿਣ, ਉਹਨਾਂ ਦੇ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਹੈ ਇੰਨੀ, ਠੀਕ ਹੈ। ਜੇ ਬਹਾਲ ਹੋ ਗਿਆ ਤਾਂ ਅਸੀਂ ਆਪਦਾ ਜਿੰਨਾ ਪੁੱਜਿਆ ਖੰਡ ਪਾਠ ਰਖਾਈਏ, ਸਧਾਰਨ ਪਾਠ ਰਖਾਈਏ, ਅਸੀਂ ਉਹਨਾਂ ਨੂੰ ਜ਼ਰੂਰ ਸੱਦਾਂਗੇ, ਉਹਨਾਂ ਦੀ ਕਦਰ ਜ਼ਰੂਰ ਪਾਵਾਂਗੇ। ਬੀਬੀ ਜੀ, ਤੁਸੀਂ ਕੀ ਕਹਿਣਾ ਚਾਹੋਗੇ ਜੀ? ਅਸੀਂ ਇਹ ਆਖੇ ਜਾਂਦੇ ਵੀਰੇ ਵੀ ਅਸੀਂ ਤਾਂ ਧੰਨਵਾਦ ਉਹਨਾਂ ਦੇ, ਉਹ ਸਾਡੇ ਵਿਚਾਰੇ ਪੁੱਤਰ ਸੀਗੇ ਅਗਲੀ, ਅਤੇ ਅਸੀਂ ਤਾਂ ਉਹਨਾਂ ਨੂੰ ਧੰਨਵਾਦ, ਉਹਨਾਂ ਨੇ ਜਿੰਨਾ ਸਾਡੀ ਸੇਵਾ ਕੀਤੀ, ਉਹਨਾਂ ਨੇ ਵੀ ਇਹਨੂੰ ਇਲਾਜ ਹੋ ਜੂਗਾ ਵਿਚਾਰੇ ਦਾ ਇਹਦਾ। ਅਸੀਂ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਵੀਰੇ, ਆਸ਼ਾਵਾਸ਼ ਤੁਹਾਡੇ ਜਿਹੜਾ ਸਾਡੀ ਮਾਇਤ ਕੀਤੀ ਹੈ ਭਰਾਵਾਂ ਨੇ, ਉਹ ਵੀ ਸਾਡੇ ਵੀ ਅੱਗੇ ਸੀਗੇ, ਉਹ ਸਾਡੇ ਪੁੱਤਾਂ ਵਰਗੇ ਸੀਗੇ। ਚਾਹੇ ਦੋਸਤੋ ਵੀਡੀਓ ਸ਼ੇਅਰ ਕੀਤੀ ਹੋ, ਬਣਾਈ ਹੋਵੇ ਜਾਂ ਫਿਰ ਕੋਈ ਹੋਰ ਮਾਲੀ ਮਦਦ ਕੀਤੀ ਹੋਵੇ, ਤਾਂ ਦੋਸਤੋ ਹਰੇਕ ਦਾ ਧੰਨਵਾਦ ਇਸ ਪਰਿਵਾਰ ਵੱਲੋਂ ਕੀਤਾ ਜਾ ਰਿਹਾ ਅਤੇ ਕਰਨਾ ਵੀ ਚਾਹੀਦਾ। ਤਾਂ ਦੋਸਤੋ ਹੋਰ ਵੀ ਜਿਹੜੇ ਵੀਰ ਭੈਣ ਇਹ ਵੀਡੀਓ ਦੇਖ ਰਹੇ ਨੇ, ਉਹਨਾਂ ਨੂੰ ਦੋਸਤੋ ਇਹੀ ਰਿਕੁਐਸਟ ਹੈ ਕਿ ਬਾਈ ਦੀ ਜਿੰਨੀ ਹੋ ਸਕਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਅਸੀਂ ਪਿਛਲੀ ਵੀਡੀਓ ਦੇ ਵਿੱਚ ਬਾਈ ਦਾ ਫੋਨ ਨੰਬਰ ਅਤੇ ਅਕਾਊਂਟ ਨੰਬਰ ਦਿੱਤਾ ਸੀ, ਅਸੀਂ ਆਪਣਾ ਨਾਂ ਫੋਨ ਨੰਬਰ ਦਿੱਤਾ ਸੀ, ਨਾ ਅਸੀਂ ਆਪਣਾ ਅਕਾਊਂਟ ਨੰਬਰ ਦਿੱਤਾ ਸੀ, ਅਤੇ ਨਾ ਹੀ ਅਸੀਂ ਹੁਣ ਦੇਣਾ। ਇਸ ਵੀਡੀਓ ਦੇ ਵਿੱਚ ਵੀ ਤੁਹਾਨੂੰ ਅਸੀਂ ਬਾਈ ਬਗੜ ਸਿੰਘ ਦਾ ਹੀ ਅਕਾਊਂਟ ਨੰਬਰ ਦੇਵਾਂਗੇ ਅਤੇ ਇਹਨਾਂ ਦਾ ਹੀ ਫੋਨ ਨੰਬਰ ਦੇਵਾਂਗੇ, ਤਾਂ ਕਿ ਕੱਲ੍ਹ ਨੂੰ ਸਾਨੂੰ ਕੋਈ ਬਲੇਮ ਨਾ ਕਰੇ ਕਿ ਤੁਸੀਂ ਇਹਨਾਂ ਦੇ ਪੈਸੇ ਖਾ ਗਏ। ਬੀਬੀ ਜੀ, ਅਸੀਂ ਇੱਕ ਤਰ੍ਹਾਂ ਮੈਂ ਹੈ ਨਾ, ਮੇਰੇ ਇੱਥੇ ਲਾਈਵ ਵੀ ਬੈਠੇ ਨੇ, ਮੈਂ ਇਹਨਾਂ ਦੇ ਮੂੰਹ ਵੀ ਤੁਹਾਨੂੰ ਸੁਣਵਾ ਦਿੰਦਾ। ਕੋਈ ਆਪਦਾ ਖਾਤਾ ਨੰਬਰ ਤਾਂ ਨਹੀਂ ਸੀ ਦਿੱਤਾ? ਨਹੀਂ ਦਿੱਤਾ ਵੀਰੇ ਤੁਸੀਂ, ਆਪਦਾ ਖਾਤਾ ਬੱਗੜ ਦਾ ਦਿੱਤਾ, ਨਹੀਂ ਦਿੱਤਾ ਤੁਸੀਂ, ਆਪਦਾ ਖਾਤਾ ਨਹੀਂ ਦਿੱਤਾ ਵੀਰੇ। ਉਸ ਤੋਂ ਖਾਤਾ ਵੀ ਅਸੀਂ ਵੀਰ ਬੱਗੜ ਸਿੰਘ ਦਾ ਦਿੱਤਾ ਸੀ। ਬੀਬੀ ਜੀ, ਫੋਨ ਨੰਬਰ ਕਿਹਦਾ ਦਿੱਤਾ ਸੀ? ਬੱਗੜ ਦਾ ਜੀ। ਹਾਂਜੀ, ਤਾਂ ਦੋਸਤੋ ਇਹ ਅਸੀਂ ਇਸ ਕਰਕੇ ਅਖਬਾਰ ਹੈ ਕਿਉਂਕਿ ਬਹੁਤ ਸਾਰੇ ਫੇਸਬੁੱਕ ਵਿਦਵਾਨ ਇਹ ਗੱਲ ਕਹਿਣ ਲੱਗ ਜਾਂਦੇ ਆ ਕਿ ਤੁਸੀਂ ਇੱਕ ਤਰ੍ਹਾਂ ਧੰਦਾ ਬਣਾਇਆ ਹੋਇਆ। ਦੋਸਤੋ ਤੁਹਾਨੂੰ ਅਸੀਂ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਸੀ
भी अपने चैनल दे कवरेज करन दा टॉपिक कुछ होर है तो यह जिहड़ा परिवार है जदों असीं इस दे हालातों बारे सुनिया तो बहुत ही तरसयोग हालात सीगे इन्हां दे तो उस तों बाद दे विच असीं सोचिया कि इन्हां दी वध तों वध मदद की जानी चाहीदी है। रब ना करे जेकर उन्ने पैसों नाल दोस्तों इलाज नहीं भी हुंदा पैसे घटदे ने तो दोस्तों यही रिक्वेस्ट करदे आं कि वध तों वध बाई दी मदद करो। अकाउंट नंबर फोन नंबर तुहानूं वीर दा दे देंगे जिन्ने भी दोस्तों घट तो घट वध तो वध क्योंकि दोस्तों एहोजी कंडीशन दे विच रुपया रुपया सहाई हुंदा। तो खैर दोस्तों आज की वीडियो के इन्ना ही तुसी जुड़े रहो लाहौरी रिकॉर्ड चैनल दे नाल। मैं तुहाडा अपना सुख बाठ लाहौरिया कैमरामैन जस बाठ दे नाल लैना आ गया। रब रखा।